ਮੁੱਖ ਮੰਤਰੀ ਭਗਵੰਤ ਮਾਨ ਦੀ ਲੁਧਿਆਣਾ 'ਚ ਗਣਤੰਤਰ ਦਿਵਸ ਮੌਕੇ ਆਮਦ ਤੋਂ ਪਹਿਲਾਂ ਖੁਫੀਆ ਏਜੰਸੀਆਂ ਦੇ ਮਿਲੇ ਅਲਰਟ ਨੂੰ ਲੈ ਕੇ ਲੁਧਿਆਣਾ ਪੁਲਿਸ ਨੇ ਵੱਖ ਵੱਖ ਜਗ੍ਹਾ ਤੇ ਚੈਕਿੰਗ ਕੀਤੀ ਹੈ। ਇਸ ਦੇ ਚੱਲਦਿਆਂ ਲੁਧਿਆਣਾ ਬੱਸ ਸਟੈਂਡ ਤੇ SP ਜਸਰੂਪ ਕੌਰ ਬਾਠ ਅਗਵਾਈ ਹੇਠ ਸਰਚ ਅਭਿਆਨ ਚਲਾਇਆ ਗਿਆ ਅਤੇ ਸ਼ੱਕੀ ਵਾਹਨਾਂ ਤੋਂ ਇਲਾਵਾ ਸ਼ੱਕੀ ਵਿਅਕਤੀਆਂ ਨੂੰ ਵੀ ਚੈੱਕ ਕੀਤਾ ਗਿਆ। ਇਸ ਮੌਕੇ ਗੱਲਬਾਤ ਦੌਰਾਨ SP ਜਸਰੂਪ ਕੌਰ ਬਾਠ ਨੇ ਦੱਸਿਆ ਕਿ ਲੁਧਿਆਣਾ ਬੱਸ ਸਟੈਂਡ ਤੇ ਚੈਕਿੰਗ ਅਭਿਆਨ ਚਲਾਇਆ ਗਿਆ, ਕਿਹਾ ਕਿ ਇਸ ਦੇ ਚੱਲਦਿਆਂ ਕੁਝ ਸ਼ੱਕੀ ਵਿਅਕਤੀਆਂ ਕੋਲ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਹਾਲਾਂਕਿ ਉਹਨਾਂ ਨੇ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਮਿਲੇ ਖੁਫੀਆ ਅਲਰਟ ਨੂੰ ਲੈ ਕੇ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਪਹਿਲਾਂ ਵੀ ਰੂਟੀਨ ਦੇ ਵਿੱਚ ਚੈਕਿੰਗ ਕੀਤੀ ਜਾਂਦੀ ਰਹੀ ਹੈ ਅਤੇ ਹੁਣ ਵੀ ਵੱਖ ਵੱਖ ਜਗ੍ਹਾ ਤੇ ਸੀਨੀਅਰ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਤੇ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ਹਾਂਜੀ ਮੈਮ, ਜਿਹੜੀ ਬੱਸ ਸਟੈਂਡ ਤੇ ਚੈਕਿੰਗ ਕੀਤੀ ਜਾ ਰਹੀ ਹੈ 26 ਜਨਵਰੀ ਦੇ ਇੱਕ ਦਿਨ ਪਹਿਲਾਂ। ਜੀ ਬਿਲਕੁਲ ਜੀ, 26 ਜਨਵਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਸਾਡੇ ਲਈ ਇੰਪੋਰਟੈਂਟ ਤੇ ਸੈਂਸਿਟਿਵ ਡੇ ਹੈ। ਅਸੀਂ ਸਾਰੇ ਪਬਲਿਕ ਏਰੀਆਜ਼ ਵਿੱਚ, ਮਾਲਸ ਹੋ ਗਏ, ਮਾਰਕੀਟ ਏਰੀਆਜ਼ ਹੋ ਗਏ, ਪਬਲਿਕ ਏਰੀਆ ਜਿਵੇਂ ਬੱਸ ਸਟੈਂਡ, ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਹਾਂ। ਇੱਥੇ ਦੀ ਲੋਕਾਂ ਦੇ ਸਮਾਨ ਦੀ ਸਾਰੀ ਸਵੀਪਿੰਗ ਚੈਕਿੰਗ ਕੀਤੀ ਜਾ ਰਹੀ ਹੈ ਜੀ। ਮੈਮ ਖੁਫੀਆ ਅਲਰਟ ਵੀ ਹੈਗਾ ਕਿਉਂਕਿ ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਜਿਹੜਾ ਖੁਫੀਆ ਅਲਰਟ ਕਿਹਾ ਜਾ ਸਕਦਾ। CM ਸਰ ਜੀ ਇੱਥੇ ਪਤਾ ਹੀ ਹੈ ਕਿ 26 ਜਨਵਰੀ 'ਤੇ CM ਸਰ ਇੱਥੇ ਆ ਰਹੇ ਹੈ, ਤਾਂ ਕਰਕੇ ਅਸੀਂ ਸਿਕਿਉਰਿਟੀ ਨੂੰ ਅਪਸਕੇਲ ਕਰਤਾ, ਅਪਗ੍ਰੇਡ ਕਰਤਾ ਕਿ ਇੱਥੇ ਵੈਸੇ ਵੀ 26 ਜਨਵਰੀ ਨੂੰ ਲੈ ਕੇ ਕੋਈ ਇੰਸੀਡੈਂਟ ਨਾ ਹੋਵੇ, ਸੁੱਖ ਸ਼ਾਂਤੀ ਨਾਲ ਇਹ ਦਿਨ ਨਿਕਲੇ ਜੀ। ਨਾਕਾਬੰਦੀ ਵੀ ਕੀਤੀ ਜਾ ਰਹੀ ਜੀ ਲੁਧਿਆਣੇ ਵਿੱਚ? ਬਿਲਕੁਲ ਜੀ, ਜਗ੍ਹਾ ਜਗ੍ਹਾ ਨਾਕਾਬੰਦੀ ਕੀਤੀ ਜਾ ਰਹੀ ਹੈ। ਵਹੀਕਲਸ ਦੀ, ਲੋਕਾਂ ਦੀ ਚੈਕਿੰਗ ਹੋਏਗੀ, ਕਿੱਥੋਂ ਆ ਜਾ ਰਹੇ ਹੈ, ਜਿਹੜੇ ਸਾਡੇ ਹੈ ਕੋਈ ਸ਼ੱਕੀ ਮਾੜੇ ਅੰਸਰ, ਉਹਨਾਂ 'ਤੇ ਸਪੈਸ਼ਲੀ ਨਜ਼ਰ ਰੱਖੀ ਜਾਏਗੀ। ਲੋਕਾਂ ਨੂੰ ਸਾਡਾ ਇਹੀ ਸੰਦੇਹ ਹੈ ਜੀ ਕਿ ਪਹਿਲਾਂ ਤਾਂ 26 ਜਨਵਰੀ ਦੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਅਤੇ ਸਾਡਾ ਸੁੱਖ ਸ਼ਾਂਤੀ ਨਾਲ ਗੁਜ਼ਰੇ, ਜਿਹੜੇ ਚੰਗੇ ਲੋਕ ਹੈ ਉਹਨਾਂ ਲਈ ਸੇਫਟੀ ਬਰਕਰਾਰ ਰਹੇ, ਅਤੇ ਜਿਹੜੇ ਮਾੜੇ ਅੰਸਰ ਹੈ ਸਾਡੇ ਤੋਂ ਡਰਨ ਜੀ। ਇਹ ਰੈਗੂਲਰ ਸਾਡਾ 26 ਜਨਵਰੀ ਸਾਰੀ ਜਿਹੜੀ ਪਬਲਿਕ ਹੋਲੀਡੇਜ਼ ਹੁੰਦੀਆਂ ਉਹਦੇ ਸਾਰੇ ਸਾਡੇ SOP ਹੁੰਦੇ ਆ ਜੀ, ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਹੁੰਦੇ, ਇਸ 'ਤੇ ਸਿਕਿਉਰਿਟੀ ਅਪਗ੍ਰੇਡ ਕਰ ਹੀ ਦਿੱਤੀ ਜਾਂਦੀ ਹੈ ਜੀ। ਉਸੇ ਲੜੀ ਵਿੱਚ ਆ ਸਿਕਿਉਰਿਟੀ ਚੈਕਿੰਗ ਹੋ ਗਈ। ਮੈਮ ਕੋਈ ਚੈਕਿੰਗ ਦੌਰਾਨ ਹੁਣ ਕੁਛ ਮਿਲਿਆ ਜਾਂ ਕੁਛ ਨਹੀਂ? ਜਿਹੜੇ ਸ਼ੱਕੀ ਬੰਦੇ ਆ ਉਹਨਾਂ ਨੂੰ ਜੀ ਅਸੀਂ ਵੈਰੀਫਾਈ ਕਰਾਂਗੇ, ਕੋਈ ਸਮਾਨ ਮਿਲਿਆ ਤਾਂ ਉਹਨੂੰ ਪਾਸੇ ਰੱਖ ਕੇ ਬੌਮਬ ਸਕੁਆਡ ਹੈ ਜਿਵੇਂ ਵੀ ਉਹਦੇ ਥਰੂ ਚੈਕਿੰਗ ਕਰਾਵਾਂਗੇ, ਅਤੇ ਜੇ ਵਹੀਕਲਸ ਵਗੈਰਾ ਕੋਈ ਮਿਲੇ ਉਹਨਾਂ ਨੂੰ ਵੈਰੀਫਾਈ ਕਰਾ ਲਵਾਂਗੇ। ਥੈਂਕ ਯੂ। SMZ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ।